ਸਾਡੇ ਭਾਈ ਸੁਭਾਸ਼ ਸਾਹਿਬ ਮੈਨੂੰ ਕਹਿੰਦੇ ਨੇ ਜੀ ਮੀਆਂ ਜੀ ਮੈਂ ਆਪਣੇ ਨਾਥ ਜੀ ਦੀ ਜਦੋਂ ਭੱਠੀ ਸਾਰੀ ਕਰਾਉਣੀ
ਅਸੀਂ ਕੀ ਗੱਲ ਕਰ ਲੈ ਕਿ ਜਿਹੜੇ ਹੁਣ ਤੇ ਮੈਂ ਉਹਦੇ ਨਾਂ ਤੇ ਨਾ ਹੁਣ ਦੀ ਉਹਨਾਂ ਤੋਂ ਲੜਦੀ ਹੈ ਗੱਲ ਆਈ ਕੋਈ ਲੱਭ ਆਗੀ ਨਾ ਮੈਂ ਕੋ ਤਮਾਸ਼ ਵੀ ਨਹੀਂ ਬਾੜੀ ਹੈ ਕੁਝ ਉਹਨਾਂ ਕਪੜੇ ਇੰਦੇ ਪਾਏ ਹੁੰਦੇ ਨੇ ਕਿ ਕੁਝ ਕਪੜੇ ਇੱਥੇ ਕੁਝ ਮੈਂ ਕੰਮ ਬੂਟਾ ਅੱਛਾ ਮੈਂ ਕਿਹਾ ਜੀ ਮੇਰੇ ਜਿਵੇਂ ਕੰਮ ਲਾਓ ਉਹਨਾਂ ਕਹਾਂ ਜੀ ਤੁਸੀਂ ਅਬਦੁਲ ਰੂਫ ਰੂਫ ਨੂੰ ਨਾ ਬੁਲਾ ਕੇ ਦੇ ਪੈਸਾ ਬਾਂਦਾ ਉਹ ਸਾਡੇ ਭਾਈ ਉੱਥੇ ਡਾਕਟਰ ਨੇ ਤੋਂ ਉਹਨਾਂ ਨਾਲ ਪੜਾਉਂਦਾ ਚਾਹੁੰਦਾ ਉਹ ਤੋਂ ਰਿਟਾਇਰ ਹੋ ਗਿਆ ਮੈਂ ਕਿਹਾ ਠੀਕ ਹੈ ਜੀ ਇਹ ਤੁਸੀਂ ਬਸ ਪਹਿਲਾਂ ਅਰੇਂਜ ਕਰੋ ਮੈਂ ਫੋਨ ਕੀਤਾ ਉਹਨੇ ਕਿਹਾ ਜੀ ਮੀਆਂ ਸਾਹਿਬ ਮੈਨੂੰ ਆ ਕੇ ਲੈ ਵੀ ਜਾਇਆ ਜਦ ਸਾਡੇ ਕੋਲ ਜਾਇਆ ਹੋਰ ਮੈਂ ਤੁਹਾਡੇ ਕੋਲ ਕੋਈ ਨਹੀਂ ਲੈਂਦਾ ਲੋ ਜੀ ਮੈਂ ਕਿਹਾ ਭਾਈ ਮੇਰਾ ਕੰਮ ਮੁੱਕਾ ਮੁੱਕਾ ਮੈਂ ਮੋਟਰਸਾਈਕਲ ਨੂੰ ਕਿੱਕ ਮਾਰੀ ਮੈਂ ਜੁੜੀਆਂ ਆ ਗਿਆ ਉਹ ਰਾਤ ਨੂੰ ਨਾ ਮੀਆਂ ਸਾਹਿਬ ਮਿਲੇ ਖਾ ਪੈ ਜਿਨ੍ਹਾਂ ਦਾ ਸ਼ੁਰੂ ਕਰਾ ਰਿਹਾ ਚਲੋ ਭਾਈ ਤੋਂ ਉਹਨਾਂ ਨਾਲ ਇੱਥੇ ਅੰਦਰ ਕੇ ਆਤਾ ਰਿਹਾ ਇਹ ਤੋਂ ਫੜਦੇ ਦਾ ਆ ਮੈਂ ਤੁਸੀਂ ਨਹੀਂ ਜੋ ਵੱਡੇ ਵੱਡੇ ਪੰਗੇ ਇਹ ਲੱਭ ਲੈਣ ਉਹਨਾਂ ਦੇ ਤੇ ਅਗਰ ਕੋਈ ਮੇਰਾ ਪ੍ਰਾਹੁਣਾ ਕੋ ਭੁੱਖਾ ਗਿਆ ਜਾਂ ਕਿਸੇ ਨੂੰ ਪਿੱਛਣਾ ਦੱਬਾ ਤੇ ਤੁਹਾਨੂੰ ਦੋਨ ਤੋਂ ਅੱਛਾ ਮੈਂ ਇਸ ਵੇਲੇ ਹੀ ਨਾਮ ਲਿਆ ਮੋਟਰਸਾਈਕਲ ਮੈਂ ਛਾਪਾਂ ਮੈਂ ਭਾ ਜੀ ਆਹ ਸਾਡੇ ਹੱਥ ਖੜੇ ਜੇ ਸਾਡੇ ਤੋਂ ਭਾਵੇਂ ਰੂਪ ਨੂੰ ਬੁਲਾਓ ਭਾਵੇਂ ਰਾਤ ਨੂੰ ਬੁਲਾਓ ਭਾਵੇਂ ਸ਼ੇਰ ਨੂੰ ਬੁਲਾਓ ਅਸਾਂ ਕਿਸੇ ਕੰਮ ਵਿੱਚ ਤੁਹਾਨੂੰ ਸਲਾਹ ਦੇਣੀ ਨੇ ਮੈਨੂੰ ਉਹਨੇ ਮੀਆਂ ਜੀ ਕੀ ਹੋਇਆ ਜੀ ਮੈਂ ਕਿਹਾ ਆਹ ਰਾਤ ਮੀਆਂ ਸਾਹਿਬ ਦਾ ਫਰਮਾਨ ਹੈ ਅੱਗੋਂ ਤੁਸੀਂ ਜਾਣਾ ਤੁਹਾਡਾ ਕੰਮ ਹੈ ਅੱਛਾ ਸਾਜੀ ਮੈਂ ਫਿਰ ਨੂੰ ਜਗ੍ਹਾ ਲੱਭਣ ਲੱਗਦਾ ਕਿ ਰਾਤ ਮੀਆਂ ਸਾਹਿਬ ਦੇ ਨਾਲ ਅਸੀਂ ਬੈਠੇ ਕਿੱਥੇ ਜੇ ਨੇ ਜਿੰਨਾ ਉਹ ਥਾਂ ਆਵੇ ਕੱਚੀ ਮਿੱਟੀ ਜਿਹੜੀ ਨਾ ਉਹ ਆਵੇ ਉਹ ਸਾਡਾ ਪਿੰਡ ਦੇ ਵਿੱਚੋਂ ਨਾ ਸ਼ੁਰੂ ਤੋਂ ਨਾ ਸਾਨੂੰ ਪੇਸ਼ਕਾਰਾ ਜਿਹੜਾ ਨਾ ਘਰੋਂ ਜਾਨੀ ਕਿ ਦਰਬਾਰ ਘਰ ਵਾਲੇ ਵਿਹੜੇ ਚੋਂ ਨਾ ਪੇਸ਼ਕਾਰਾ ਜਿਹੜਾ ਉਹ ਦਰਬਾਰ ਜੀ ਜਾਂਦਾ ਉਸ ਗੱਡੀਆਂ ਨੇ ਮੈਂ ਮੋਟਰਸਾਈਕਲ ਪਾਇਆ ਤੇ ਅੱਗੇ ਨਾ ਮਿੱਟੀ ਦੀ ਟਰਾਲੀ ਜਿਹੜੀ ਨਾ ਉਹ ਰੱਖੀ ਗਈ ਭਾਬੀਆਂ ਨੇ ਬੱਚੇ ਤੋਂ ਅੱਗੇ ਨਹੀਂ ਉਹ ਮੋਟਰਸਾਈਕਲ ਦਾ ਘਰ ਉਹਦੇ ਕੋਲ ਮੈਂ ਨਾ ਮੋਟਰਸਾਈਕਲ ਚਲਾ ਰਿਹਾ ਨਾ ਮੈਂ ਕਾਹੀ ਕਹਿੰਦਾ ਡਾਕਟਰ ਸਾਹਿਬ ਮਿੱਟੀ ਦੇ ਉੱਤੇ ਚੜ ਗਿਆ ਮਿੱਟੀ ਉੱਤੇ ਚੜ ਕੇ ਮੈਂ ਕਿਉਂ ਪਿਆਰ ਪੈ ਗਿਆ ਫਿਰ ਮੈਂ ਆਪਣੀ ਜੁੱਤੀ ਵੇਖੀ ਉਹੀ ਹੂੰ ਮੈਂ ਫਿਰ ਦਰਬਾਰ ਸ਼ਰੀਫ ਗਿਆ ਮੈਂ ਕਹਿੰਦਾ ਇੱਕ ਵਾਰੀ ਦੇ ਦਿਆ ਨਾ ਇੱਕ ਵਾਰੀ ਮਾਫੀ ਦਿਓ ਆਗੇ ਸਮਝ ਜੇ ਆਖੋ ਤਾਂ ਕੁਆਰ ਨੂੰ ਕੁਆਰ ਨੇ ਤੇ ਅਸੀਂ ਪ੍ਰਾਣਾਂ ਦੀ ਸੇਵਾ ਕਰਦੇ ਰਹਾ ਸੇਵਾ ਹੀ ਬਣੀ ਉਹ ਬੋਲ ਕੇ ਮੰਨਿਆ ਨਾਲ ਹੀ ਯਕੀਨ ਦੇ ਦੇਖਿਆ ਹਾਂ ਕਿਸੇ ਨਹੀਂ ਕਾਸੀ ਵੇਖਿਆ ਜਿੰਨੇ ਮਰਦੀ ਆਖੇ ਕੁਆਰ ਆ ਜਾਂਦੇ ਤੁਹਾਨੂੰ ਲੋੜ ਨਹੀਂ ਆਖਣ ਦੀ ਲੋੜ ਹੈ ਹੋਰ ਹੀ ਹੈ ਆਹ ਲੋਕ ਪਿਆਰ ਹੈ ਸਾਡੇ ਪਿੰਡ ਵਿੱਚ ਕੋਈ ਲਾਲਚ ਹੁਣ ਮੈਂ ਇੱਥੇ ਅਸੀਂ ਬੈਠੇ ਆ ਜੱਗ ਸਵੇਰ ਤੱਕ ਬੈਠਾ ਰਹੀ ਆ ਕਿਹਦੇ ਬੁੱਢੇ ਦੀ ਜ਼ਰੂਰਤ ਨਹੀਂ ਆ ਕੇ ਮਰਾ ਮਰਾ ਕੇ ਕੀ ਤਾਂ ਕਰਦੇ ਤੁਹਾਡੇ ਸਾਈਂ ਨਹੀਂ ਕੁਆਲ ਹੁਣ ਹੈ ਹੀ ਕੋਈ ਸਾਡੇ ਤੁਹਾਡੇ ਦਰਬਾਰ ਵੀ ਆਉਂਦੇ ਸਾਂ ਯਕੂਬ ਸਾਹਿਬ ਬੋਲ ਆ ਮਲੀ ਉਹ ਰਾਤ ਆ ਗਿਆ ਵਿਰਾਦ ਆਹੋ ਜਿੰਦਾ ਹੁੰਦੇ ਮੇਰੀ ਅਲੰਦਨ ਸਰਕਾਰ ਮੇਰੇ ਕੋਲ ਬੈਠੇ ਨੇ ਕਿਤੇ ਗੱਲ ਹੋ ਕੇ ਉਹਨਾਂ ਕਿਹਾ ਆਈ ਯਕੂਬ ਤੁਸੀਂ ਤੇ ਪਿਆਰ ਨਾ ਹੁੰਦੇ ਹੋ ਤੁਹਾਡਾ ਸੁਣ ਤੁਸੀਂ ਲਾਲਚੀ ਉਹ ਲਖਾਈ ਨਹੀਂ ਸਨ ਕਰਦੇ ਲਖਾਈ ਕਿਤਾਬਾਂ ਦੀ ਉਹ ਵੀ ਮਿਸਤਰੀਆਂ ਦਾ ਕੰਮ ਕਰਦੇ ਆਹੋ ਇੱਥੇ ਦਰਬਾਰ ਤੇ ਕਿਹਾ ਸਨ ਇਹ ਤਾਂ ਲਖਾਈ ਦਾ ਵੀ ਲਖਾਈ ਦਾ ਮੈਨੂੰ ਪਤਾ ਨਾ ਇੱਥੇ ਦਰਬਾਰ ਸ਼ਰੀਫ ਲਿਖਿਆ ਸਾਨੇ ਕੋਈ ਤਾਂ ਬਾਬਰਾਂ ਦਾ ਨਾਮ ਲਿਖਿਆ ਸੀ ਉਹ ਜੇ ਸਾਡੇ ਮਹਿਫਲ ਸੀ ਨਾ ਉਹ ਫਿਰ ਵਿੰਦੇ ਰਹੇ सलाह की शेर मेर के कुआली कोई नहीं दिल कर आया चार हांडे हुई सी और आके आज शामी चार रातां साडे कोल रहे सारे जान दे कार हांडे चार जनवरी तो कार हांडे विच आ जी रा आख्या ते मौलवी जी को ओ जनाब टप जिया बणे आ ते बगैर सौण तो जनाब और ने गाया जनाब ओ की सी कुवारी नहीं 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 ओ जड़ी यार फुरकत में जान बर्बाद है आया ए दी क्वाली सुनी नहीं ओ कार हांडे दी तैयारी है हलवा शलवा बनाया बड़ा अच्छा मियां जी आने यार करो लाल घर लाल करो आख्या चलो जी खोलो खोलो ਪੰਜ ਬੰਦੇ ਸੁਣਨੇ ਆ ਤੇ 10 20 15 ਉਹ ਕੁਆਲ ਤੇ ਕੁਆਲ ਉਹ ਨਵਾਜ਼ ਕੋਲ ਕੇ ਰੁਪਿਆ ਰੁਪਿਆ ਜਿਹੜਾ ਉਹ ਗੱਲ ਚੁੱਕ ਵੀ ਆ ਗਈ ਉਹ ਜਿਹੜਾ ਸ਼ਰਤ ਕਰਦਾ ਮੈਂ ਉਹਨਾਂ ਨੇ ਇੰਜ ਸ਼ੁਰੂ ਕੀਤਾ ਅਜੇ ਤੇਰੀ ਸ਼ਾਮ ਨਾ ਹੋਈ ਓਏ ਹੋਏ 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 ਇੱਕ ਘੰਟਾ ਜੀ ਗਾਏ ਲੱਗੇ ਕੋ ਬੜੀ ਵੱਡੀ ਮਹਿਫਲ ਬੜੀ ਬਹੁਤ ਹੀ ਕੋ ਵੱਡੀ ਮਹਿਫਲ ਸੁਣੋ ਨਾ ਆਡੀਓ ਉਹ ਬੰਦਾ ਮੱਤ ਮਾਰ ਉਹ ਇਹ ਫਾਰਸੀ ਹੈ ਸ਼ਰਤ ਕਰ ਦਿੰਦੇ ਮੈਂ ਕਾਸ ਕਮਾਲ ਸੀ ਗਾ ਗਏ ਦਾਸਨ ਗਾਏ ਜਨਾਬ बाद हो गई फिर ओ मैं जा के ना चढ़ देना।